ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਧੀਰ ਐਜੂਕੇਸ਼ਨ ਤੇ ਹਾਂਜੀ ਜੋ ਪੋਸਟਾਂ ਨਿਕਲੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਜੋ ਸਿਕ ਡਿਪਾਰਟਮੈਂਟ ਆ ਜੋ ਉਸ ਦੇ ਵਿੱਚ ਨਿਕਲੀਆਂ ਹੋਈਆਂ ਨੇ ਕਲਰਕ ਦੀਆਂ ਸਟੈਨੋਗ੍ਰਾਫੀ ਦੀਆਂ ਤੇ ਮਲਟੀ ਟਾਸਕਿੰਗ ਸਟਾਫ ਦੀਆਂ ਠੀਕ ਹੈ ਜੀ ਇਸ ਦੇ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਤੁਹਾਨੂੰ ਆਨਲਾਈਨ ਫਾਰਮ ਆ ਜੋ ਉਹ ਕਿਵੇਂ ਭਰਨਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ 15 ਜਨਵਰੀ 2022 ਤੋਂ ਸਟਾਰਟ ਹੋਇਆ ਹੈ ਤੇ ਲਾਸਟ ਡੇਟ ਹੈ ਜੀ ਇਹ 15 2 2022 ਐਡਿਟ ਕਰਨ ਦੀ ਤੇ ਉਸ ਤੋਂ ਬਾਅਦ ਲਾਸਟ ਡੇਟ ਆ ਪ੍ਰਿੰਟ ਕਰਨ ਦੀ 2 ਮਾਰਚ 2022 ਠੀਕ ਹੈ ਜੀ ਤੇ ਆਨਲਾਈਨ ਫੀ ਪੇਮੈਂਟ ਦੀ ਹੈਗੀ 15 ਫਰਵਰੀ 2022 ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਕਲਿੱਕ ਹੇਅਰ ਫੋਰ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਨਾ ਜੀ ਕਲਿੱਕ ਹੇਅਰ ਫੋਰ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਕੇ ਮੈਂ ਤੁਹਾਨੂੰ ਡਿਟੇਲ ਆ ਜੋ ਭਰ ਕੇ ਦਿਖਾ ਦਿੰਦਾ ਕਿ ਤੁਹਾਨੂੰ ਕਿਵੇਂ ਇਹ ਫਿਲ ਕਰਨੀਆਂ ਨੇ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣਾ ਫਰਸਟ ਨੇਮ ਭਰ ਦੇਣਾ ਅਤੇ ਕਨਫਰਮ ਫਰਸਟ ਨੇਮ ਉਸ ਤੋਂ ਬਾਅਦ ਜੇਕਰ ਤੁਹਾਡਾ ਕੋਈ ਮਿਡਲ ਨੇਮ ਆ ਤਾਂ ਮਿਡਲ ਨੇਮ ਭਰ ਦੇਣਾ ਹੈ ਉਸ ਤੋਂ ਬਾਅਦ ਲਾਸਟ ਨੇਮ ਭਰ ਦੇਣਾ ਉਸ ਤੋਂ ਬਾਅਦ ਇਹ ਫੁੱਲ ਨੇਮ ਤੁਹਾਡਾ ਆਟੋਮੈਟਿਕ ਇੱਥੇ ਫਿਲ ਹੋ ਜਾਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਈਲ ਨੰਬਰ ਫਿਲ ਕਰ ਦੇਣਾ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਤੁਹਾਨੂੰ ਆਪਣੀ ਈਮੇਲ ਆਈਡੀ ਆ ਜੋ ਉਹ ਫਿਲ ਕਰ ਦੇਣੀ ਹੈ ਉਸ ਤੋਂ ਬਾਅਦ ਤੁਹਾਨੂੰ ਕੈਪਚਾ ਕੋਡ ਆ ਜੋ ਉਹ ਸੇਮ ਜੋ ਵੀ ਹੋਊਗਾ ਉਹ ਇੱਥੇ ਫਿਲ ਕਰ ਦੇਣਾ ਹੈ ਇੱਥੇ ਜਰੂਰ ਧਿਆਨ ਰੱਖਿਓ ਜੋ ਵੀ ਤੁਹਾਡੀ ਆਈਡੀ ਦਾ ਡੋਮੇਨ ਨੇਮ ਚਾਹੇ gmail.com ਹੈ ਜਾਂ ਕੋਈ ਹੋਰ ਹੈ ਉਹ ਤੁਹਾਨੂੰ ਜਰੂਰ ਇੱਥੇ ਭਰਨਾ ਹੈ ਠੀਕ ਹੈ ਜੀ ਇਹ ਭਰ ਕੇ ਤੁਹਾਨੂੰ ਸੇਵ ਐਂਡ ਨੈਕਸਟ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਸੇਵ ਐਂਡ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਆਪਣੀ ਜੋ ਵੀ ਤੁਹਾਡੀ ਫੋਟੋਗ੍ਰਾਫ ਹੈ ਠੀਕ ਹੈ ਜੀ ਉਥੋਂ ਨੇ ਆਪਣੀ ਫੋਟੋਗ੍ਰਾਫ ਇੱਥੇ ਕਰ ਦੇਣੀ ਹੈ ਆਪਣੀ ਫੋਟੋਗ੍ਰਾਫ ਅਪਲੋਡ ਕਰ ਦੇਣੀ ਹੈ ਫੋਟੋਗ੍ਰਾਫ ਅਪਲੋਡ ਕਰਨ ਤੋਂ ਪਹਿਲਾਂ ਤੁਸੀਂ ਗਾਈਡਲਾਈਨਸ ਪੜ੍ਹ ਲਿਓ ਠੀਕ ਹੈ ਜੀ ਜੋ ਵੀ ਫੋਟੋਗ੍ਰਾਫੀ ਦੀਆਂ ਗਾਈਡਲਾਈਨ ਨੇ ਉਹ ਇਹ ਪੀਡੀਐਫ ਜਦੋਂ ਤੁਸੀਂ ਖੋਲੋਗੇ ਤੁਹਾਨੂੰ ਸ਼ੋ ਹੋ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਇਸ ਦੇ ਉੱਤੇ ਆਪਣੇ ਸਿਗਨੇਚਰ ਅਪਲੋਡ ਕਰ ਦੇਣੇ ਨੇ ਤੇ ਸਿਗਨੇਚਰ ਅਪਲੋਡ ਕਰਨ ਤੋਂ ਪਹਿਲਾਂ ਤੁਸੀਂ ਜੋ ਵੀ ਗਾਈਡਲਾਈਨਸ ਨੇ ਉਹ ਜ਼ਰੂਰ ਇੱਕ ਵਾਰੀ ਪੜ੍ਹ ਲੈਣੀਆਂ ਨੇ ਠੀਕ ਹੈ ਜੀ ਤੇ ਇੱਕ ਗੱਲ ਦਾ ਥੋਨੇ ਹੋਰ ਧਿਆਨ ਰੱਖਣਾ ਜੋ ਤੁਹਾਡੇ ਸਿਗਨੇਚਰ ਨੇ ਉਹ ਤੁਹਾਡੇ ਕੈਪੀਟਲ ਲੈਟਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਉਹ ਕਲੀਅਰ ਹੋਣੇ ਚਾਹੀਦੇ ਨੇ ਤੇ ਕੈਪੀਟਲ ਲੈਟਰ ਦੇ ਵਿੱਚ ਨਹੀਂ ਹੋਣੇ ਚਾਹੀਦੇ ਠੀਕ ਹੈ ਜੀ ਇਹ ਤੁਸੀਂ ਆਪਣਾ ਅਪਲੋਡ ਕਰਨ ਤੋਂ ਬਾਅਦ ਥੋਨੇ ਨੈਕਸਟ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਇਹ ਨੈਕਸਟ ਤੇ ਥੋਨੇ ਕਲਿੱਕ ਕਰ ਦੇਣਾ ਹਾਂਜੀ ਇਸ ਤੋਂ ਬਾਅਦ ਜੋ ਵੀ ਥੋਨੇ ਆਪਣਾ ਜੋ ਵੀ ਪੇਪਰ ਭਰਨਾ ਹੈ ਜੈ ਕਲਰਕ ਦਾ ਸਟੈਨੋਗ੍ਰਾਫੀ ਦਾ ਜੋ ਥੋਨੇ ਚਾਹੇ ਮਲਟੀਟਾਸਕਿੰਗ ਸਟਾਫ ਦਾ ਉਹ ਤੁਹਾਨੂੰ ਕਰ ਦੇਣਾ ਠੀਕ ਹੈ ਜੀ ਪੋਸਟ ਅਪਲਾਈ ਕਰ ਦੇਣੀ ਆ ਉਸ ਤੋਂ ਬਾਅਦ ਉਹਨੇ ਰੀਜਨ ਭਰ ਦੇਣਾ ਆਪਣਾ ਜੋ ਵੀ ਤੁਹਾਡੀ ਸਟੇਟ ਆ ਉਹ ਭਰ ਦੇਣੀ ਆ ਉਸ ਤੋਂ ਬਾਅਦ ਕੈਟਾਗਰੀ ਭਰ ਦੇਣੀ ਆ ਐਸਸੀ ਐਸਟੀ ਜੋ ਵੀ ਤੁਹਾਡੀ ਕੈਟਾਗਰੀ ਆ ਉਹ ਭਰ ਦੇਣੀ ਆ ਉਸ ਤੋਂ ਬਾਅਦ ਜੇਕਰ ਤੁਹਾਡੇ ਕੋ ਡਿਸੇਬਿਲਟੀ ਆ 40% ਕੋਈ ਵੀ ਤੁਹਾਡੀ ਤਾਂ ਯੈਸ ਨਹੀਂ ਨੋ ਕਰ ਦੇਣਾ ਡਿਸੇਬਿਲਟੀ ਕੈਟਾਗਰੀ ਭਰ ਦੇਣੀ ਆ ਟਾਈਪ ਭਰ ਦੇਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਡੂ ਯੂ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਟਾਈਮ ਚਾਹੀਦਾ ਹੈ ਜ਼ਿਆਦਾ ਜੇਕਰ ਤੁਹਾਡੀ ਡਿਸੇਬਿਲਟੀ ਹੈ ਤਾਂ ਯੈਸ ਕਰ ਦੇਣੀ ਹੈ ਨਹੀਂ ਇਹ অপਸ਼ਨ ਤੁਹਾਡੇ ਕੋਲ ਆਊਗਾ ਨਹੀਂ ਠੀਕ ਹੈ ਜੀ ਸੇਮ অপਸ਼ਨ ਜੇਕਰ ਤੁਹਾਡੀ ਸੈਲਬਰ ਪਲਾਸੀ ਹੈਗੀ ਕੋਈ ਤੁਸੀਂ ਸਫਰ ਕਰ ਰਹੇ ਹੋ ਉਹਦੇ ਨਾਲ ਕੋਈ ਡਿਸੀਜਨ ਆਲ ਤਾਂ ਯੈਸ ਕਰ ਦੇਣਾ ਨਹੀਂ ਨੋ ਕਰ ਦੇਣਾ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਕੰਪਨਸੇਟਰੀ ਟਾਈਮ ਉਸ ਤੋਂ ਬਾਅਦ ਜੇ অপਸ਼ਨ ਆਊਗੀ ਤੁਹਾਡੇ ਕੋਲ ਜੇ ਤੁਸੀਂ ਯੈਸ ਕਰੋਗੇ ਤਾਂ ਯੈਸ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਐਗਜ਼ਾਮ ਦੇ ਵਿੱਚ ਟਾਈਪ ਜ਼ਿਆਦਾ ਟਾਈਮ ਚਾਹੀਦਾ ਉਸ ਤੋਂ ਬਾਅਦ ਏ ਇਹ ਵੀ ਤੁਹਾਡੀਆਂ ਆਪਸ਼ਨ ਹੈ ਇਹਦੇ ਨਾਲ ਇਹ ਰਿਲੇਟਡ ਵਿੱਚ ਜੇ ਯੈਸ ਕਰੋਗੇ ਤਾਂ ਆਉਣਗੀਆਂ ਨਹੀਂ ਨਹੀਂ ਆਉਣਗੀਆਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹ ਆਪਣਾ ਰਿਲੀਜੀਅਨ ਭਰ ਦੇਣਾ ਹਿੰਦੂ ਸਿੱਖ ਜੋ ਵੀ ਰਿਲੀਜੀਅਨ ਆ ਤੁਹਾਡਾ ਉਹ ਭਰ ਦੇਣਾ ਉਸ ਤੋਂ ਬਾਅਦ ਜੇਕਰ ਤੁਸੀਂ ਮਿਨੋਰਟੀ ਰਿਲੀਜੀਅਨ ਤੋਂ ਬਿਲੋਂਗ ਕਰਦੇ ਹੋ ਤਾਂ ਯੈਸ ਨਹੀਂ ਨੋ ਕਰ ਦੇਣਾ ਜੇਕਰ ਤੁਸੀਂ ਸਿੱਖ ਦੇ ਪਹਿਲਾਂ ਅਪਲਾਈ ਹੋ ਠੀਕ ਹੈ ਜੀ ਤਾਂ ਯੈਸ ਨਹੀਂ ਨੋ ਕਰ ਦੇਣਾ ਉਸ ਤੋਂ ਬਾਅਦ ਥੋਨੇ ਜੇਕਰ ਤੁਸੀਂ ਐਕਸ ਸਰਵਿਸਮੈਨ ਹੋ ਤਾਂ ਯੈਸ ਨਹੀਂ ਨੋ ਕਰ ਦੇਣਾ ਪੀਰੀਅਡ ਭਰ ਦੇਣਾ ਜੇਕਰ ਤੁਸੀਂ ਐਕਸ ਸਰਵਿਸਮੈਨ ਹੋ ਉਸ ਤੋਂ ਬਾਅਦ ਅਰ ਜੇਕਰ ਤੁਹਾਨੂੰ ਰਿਲੈਕਸੇਸ਼ਨ ਚਾਹੀਦਾ ਕੈਟਾਗਰੀ ਦੇ ਵਿੱਚ ਤਾਂ ਯਸ ਕਰ ਦੇਣਾ ਨਹੀਂ ਨੋ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਨੈਸ਼ਨੈਲਟੀ ਭਰ ਦੇਣੀ ਆ ਜੋ ਵੀ ਤੁਹਾਡੀ ਨੈਸ਼ਨੈਲਟੀ ਆ ਉਸ ਤੋਂ ਬਾਅਦ ਤੁਸੀਂ ਆਪਣੀ ਸਟੇਟ ਭਰ ਦੇਣੀ ਆ ਜੋ ਵੀ ਤੁਹਾਡੀ ਸਟੇਟ ਆ ਡਿਸਟ੍ਰਿਕਟ ਜੋ ਵੀ ਤੁਸੀਂ ਸੈਂਟਰ ਦੇ ਵਿੱਚ ਪੇਪਰ ਦੇਣਾ ਹੈ ਉਹ ਸੈਂਟਰ ਭਰ ਦੇਣਾ ਪ੍ਰੀ ਐਗਜ਼ਾਮ ਦਾ ਠੀਕ ਹੈ ਜੀ ਉਸ ਤੋਂ ਬਾਅਦ ਮੇਨ ਐਗਜ਼ਾਮ ਦਾ ਸੈਂਟਰ ਭਰ ਦੇਣਾ ਤੁਹਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣੀ ਡੇਟ ਆਫ ਬਰਥ ਭਰ ਦੇਣੀ ਆ ਜੋ ਵੀ ਤੁਹਾਡੀ ਡੇਟ ਆਫ ਬਰਥ ਹੈ ਠੀਕ ਹੈ ਜੀ ਉਹ ਭਰ ਦੇਣੀ ਆ ਤੁਹਾਨੂੰ ਇੱਥੇ ਉਸ ਤੋਂ ਬਾਅਦ ਡੇਟ ਆਫ ਬਰਥ ਤੋਂ ਬਾਅਦ ਤੁਸੀਂ ਨੇ ਆਪਣਾ ਜੈਂਡਰ ਭਰ ਦੇਣਾ ਮੇਲ ਫੀਮੇਲ ਜੋ ਵੀ ਜੈਂਡਰ ਹੈ ਠੀਕ ਹੈ ਜੀ ਜੇਕਰ ਤੁਹਾਡੇ ਟਵਿਨ ਬ੍ਰਦਰ ਜਾਂ ਸਿਸਟਰ ਨੇ ਤਾਂ ਯਸ ਨਹੀਂ ਨੋ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਨੇ ਆਪਣੀ ਮਾਰਟੀਰਲ ਸਟੇਟਸ ਸਟੇਟਸ ਭਰ ਦੇਣਾ ਅਨਮੈਰਿਡ ਮੈਰਿਡ ਜੋ ਵੀ ਸਟੇਟਸ ਸਟੇਟਸ ਹੈ ਤੁਹਾਡਾ ਉਸ ਤੋਂ ਬਾਅਦ ਫਾਦਰ ਨੇਮ ਮਦਰ ਨੇਮ ਜੇਕਰ ਸਪੋਸ ਨੇਮ ਇਹ ਤੁਹਾਡਾ ਆਪਸ਼ਨਲ ਹੈ ਠੀਕ ਹੈ ਜੀ ਭਰ ਵੀ ਸਕਦੇ ਹੋ ਨਹੀਂ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਤੁਸੀਂ ਆਪਣਾ ਡਰੈਸ ਭਰ ਦੇਣਾ ਹੈ ਡਿਸਟ੍ਰਿਕਟ ਭਰ ਦੇਣੀ ਹੈ ਸਟੇਟ ਪਿੰਨ ਕੋਡ ਭਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਜੇ ਸੇਮ ਇਹੀ ਉੱਪਰਲਾ ਡਰੈਸ ਭਰਨਾ ਹੈ ਤਾਂ ਉਹਦੇ ਟਿਕ ਕਰ ਦਿਓ ਤਾਂ ਸੇਮ نیچے ਜੋ ਡਰੈਸ ਆ ਉਹ ਫਿਲ ਹੋ ਜਾਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਕੈਟਾਗਰੀ ਮੁਤਾਬਕ ਫੀਸ ਆਜੂਗੀ ਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਰਿਫੰਡ ਦਾ ਤੁਹਾਡੇ ਕੋਲ ਆਪਸ਼ਨ ਆਉ ਜੇਕਰ ਰਿਜ਼ਰਵ ਕੈਟਾਗਰੀ ਆ ਤੁਹਾਡੀ ਕੋਈ ਵੀ ਤਾਂ ਯਸ ਹੋ ਜਾਊਗਾ ਠੀਕ ਹੈ ਜੀ ਨਹੀਂ ਨਹੀਂ ਹੋਊਗਾ ਉਸ ਤੋਂ ਬਾਅਦ ਕਾਊਂਟਰ ਨੰਬਰ ਭਰ ਦਿਓ ਆਪਣਾ ਇੱਥੇ ਕਨਫਰਮ ਕਾਊਂਟਰ ਨੰਬਰ ਕਾਊਂਟਰ ਟਾਈਪ ਬੈਂਕ ਨੇਮ ਭਰ ਦਿਓ ਆਈ ਐਫ ਐਸ ਆਈ ਕੋਡ ਭਰ ਦਿਓ ਤੇ ਜਿਹੜਾ ਤੁਹਾਡਾ ਬੈਂਕ ਦੇ ਵਿੱਚ ਨਾਮ ਆ ਉਹ ਭਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਸੇਵ ਐਂਡ ਨੈਕਸਟ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਸਾਰਾ ਕੁਝ ਫਿਲ ਕਰਕੇ ਇਸ ਤੋਂ ਬਾਅਦ ਤੁਸੀਂ ਨੇ ਆਪਣਾ ਇੱਥੇ 10ਵੀਂ ਦਾ ਜੋ ਵੀ ਤੁਹਾਡੀ ਡਿਗਰੀ ਹੈ ਜਾਂ ਜੋ ਵੀ ਸਟਰੀਮ ਸਬਜੈਕਟ ਭਰ ਦੇਣਾ ਉਸ ਤੋਂ ਬਾਅਦ ਪਾਸਿੰਗ ਡੇਟ ਭਰ ਦੇਣੀ ਆ ਤੁਹਾਡੇ ਪਰਸੈਂਟ ਕਿੰਨੇ ਆਏ ਨੇ 10ਵੀਂ ਦੇ ਵਿੱਚ ਉਹ ਭਰ ਦੇਣਾ ਉਸ ਤੋਂ ਬਾਅਦ ਤੁਸੀਂ ਨੇ ਫਰਸਟ ਕਲਾਸ ਦੇ ਵਿੱਚ ਪਾਸ ਕੀਤੀ ਆ ਜਾਂ ਸੈਕੰਡ ਕਲਾਸ ਦੇ ਵਿੱਚ ਪਾਸ ਕੀਤੀ ਆ ਜਾਂ ਪਾਸ ਕਲਾਸ ਠੀਕ ਹੈ ਜੀ ਉਹ ਭਰ ਦੇਣਾ ਤੁਹਾਨੂੰ ਉਸ ਤੋਂ ਬਾਅਦ ਇੱਥੇ ਆਪਣਾ ਪਲੱਸ 2 ਦਾ ਭਰ ਦੇਣਾ ਤੁਹਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਜੋ ਵੀ ਪਾਸ ਕੀਤੀ ਆ ਜਦੋਂ ਉਹ ਭਰ ਦੇਣੀ ਆ ਉਸ ਤੋਂ ਬਾਅਦ ਉਹਨੇ ਪਰਸੈਂਟੇਜ ਭਰ ਦੇਣੇ ਨੇ ਤੇ ਇੱਥੇ ਫਰਸਟ ਕਲਾਸ ਸੈਕੰਡ ਕਲਾਸ ਜੋ ਵੀ ਆ ਉਹ ਭਰ ਦੇਣਾ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੀਆਂ ਡਿਟੇਲ ਭਰ ਦੇਣੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਆਪਣੀਆਂ ਪੋਸਟ ਗ੍ਰੈਜੂਏਸ਼ਨ ਜੇ ਕੀਤੀ ਆ ਉਸ ਦੀਆਂ ਡਿਟੇਲ ਭਰ ਦੇਣੀਆਂ ਜੇ ਕੋਈ ਹੋਰ ਕੁਆਲੀਫੀਕੇਸ਼ਨ ਕੀਤੀ ਹੋਈ ਆ ਤਾਂ ਉਹ ਤੁਹਾਨੂੰ ਡਿਟੇਲ ਭਰ ਦੇਣੀਆਂ ਨੇ ਉਸ ਤੋਂ ਬਾਅਦ ਹੁੰਦੇ ਜੇਕਰ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਆ ਠੀਕ ਆ ਜੀ ਤਾਂ ਉਹ ਤੁਹਾਨੂੰ ਭਰ ਦੇਣਾ ਨਹੀਂ ਇੱਥੇ ਭਰਨ ਦੀ ਲੋੜ ਨਹੀਂ ਉਸ ਤੋਂ ਬਾਅਦ ਤੁਸੀਂ ਨੇ ਆਪਣੀਆਂ ਲੈਂਗੁਏਜ ਜਿਹੜੀਆਂ-ਜਿਹੜੀਆਂ ਜਾਣਦੇ ਹੋ ਭਰ ਦੇਣੀਆਂ ਨੇ ਠੀਕ ਹੈ ਜੀ ਤੁਸੀਂ ਰੀਡ ਕਰ ਸਕਦੇ ਹੋ ਰਾਈਟ ਜਾਂ ਸਪੀਕ ਉਹ ਇੱਥੇ ਭਰ ਦੇਣਾ ਉਪਰੋਂ ਤੋਂ ਬਾਅਦ ਤੁਹਾਨੂੰ ਸੇਵ ਐਂਡ ਨੈਕਸਟ ਤੇ ਜੋ ਕਲਿੱਕ ਕਰ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਜੀ ਤੁਹਾਡਾ ਰਿਵਿਊ ਆ ਜਾਊਗਾ ਠੀਕ ਹੈ ਜੀ ਤੁਸੀਂ ਰਿਵਿਊ ਆਪਣਾ ਚੈੱਕ ਕਰ ਲੈਣਾ ਠੀਕ ਹੈ ਜੀ ਵੀ ਤੁਹਾਨੂੰ ਸਾਰਾ ਕੁਝ ਜੋ ਆਪਣਾ ਭਰਿਆ ਹੈ ਉਹ ਸਹੀ ਭਰਿਆ ਉਸ ਤੋਂ ਬਾਅਦ ਭਰਨ ਤੋਂ ਬਾਅਦ ਤੁਹਾਨੂੰ ਨੇ ਤੁਹਾਨੂੰ ਆਈ ਐਗਰੀ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਇੱਥੇ ਤੁਹਾਡੇ ਸਾਈਨ ਹੋਣਗੇ ਉਹ ਤੁਹਾਨੂੰ ਦੇਖ ਕੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਕੰਪਲੀਟ ਰਜਿਸਟ੍ਰੇਸ਼ਨ ਤੇ ਤੁਹਾਨੂੰ ਕਲਿੱਕ ਕਰ ਦੇਣਾ ਠੀਕ ਹੈ ਜੀ ਕੰਪਲੀਟ ਰਜਿਸਟ੍ਰੇਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਲੈਫਟ ਥੰਬ 임ਪ੍ਰੈਸ਼ਨ ਆਪਣਾ ਉਹ ਇੱਥੇ ਅਪਲੋਡ ਕਰ ਦੇਣਾ ਹੈ ਹੈਂਡ ਰਿਟਨ ਡਿਕਲੇਰੇਸ਼ਨ ਠੀਕ ਹੈ ਜੀ ਉਹ ਇੱਥੇ ਫਿਲ ਕਰ ਦੇਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਨੇ ਸਿਕਿਉਰਿਟੀ ਕੋਡ ਫਿਲ ਕਰ ਦੇਣਾ ਫਿਲ ਕਰਨ ਤੋਂ ਬਾਅਦ ਤੁਸੀਂ ਨੇ ਸੇਵਨ ਨੈਕਸਟ ਤੇ ਕਲਿੱਕ ਕਰ ਦੇਣਾ ਸੇਵਨ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਪੇਮੈਂਟ ਦਾ ਆਪਸ਼ਨ ਆਵੇਗਾ ਉੱਥੇ ਤੁਸੀਂ ਆਪਣੀ ਡੈਬਿਟ ਡੈਬਿਟ ਕਾਰਡ ਰਾਹੀਂ ਆਨਲਾਈਨ ਜਾਂ ਆਫਲਾਈਨ ਫੀਸ ਹੈ ਉਹ ਆਪਣੀ ਤੁਸੀਂ ਫਿਲ ਕਰ ਸਕਦੇ ਹੋ ਤਾਂ ਤੁਹਾਡਾ ਫਾਰਮ ਆ ਜਿਹੜਾ ਉਹ ਫਿਲ ਹੋ ਜਾਵੇਗਾ ਠੀਕ ਹੈ ਜੀ ਬਾਕੀ ਜੇਕਰ ਤੁਹਾਨੂੰ ਕੁਝ ਪੁੱਛਣਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਧੰਨਵਾਦ ਜੀ